ਦੇਚ ਇੰਨੀ ਜਿਆਦਾ ਨਫਰਤ ਫੈਲ ਚੁੱਕੀ ਆ ਕਿ ਇੱਕ ਨੌਜਵਾਨ ਦਾ ਇਸ ਕਰਕੇ ਚਾਰ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਕਿ ਉਸ ਸਿੱਖ ਨੌਜਵਾਨ ਮੁੰਡੇ ਨੇ ਜਿਸ ਦੀ ਉਮਰ 30 ਸਾਲ ਸੀ ਉਹ ਫਿਲਮ ਹਿੰਦੀ ਫਿਲਮ ਗਦਰ ਵੇਖਣ ਤੋਂ ਬਾਅਦ ਉਹਨੇ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਏ ਸੀ ਇਹ ਘਟਨਾ ਬਹੁਤ ਹੀ ਮੰਦ ਭਾਗੀ ਹੈ ਚਾਰ ਜਿਹੜੇ ਨੌਜਵਾਨ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਤੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਗੱਲ ਭਲਾਈ ਛਤੀਸਗੜ ਦੀ ਆ ਛਤੀਸਗੜ ਦੇ ਭਲਾਈ ਖੇਤਰ ਦੇ ਵਿੱਚ ਇੱਕ ਮੋਬਾਈਲ ਤੇ ਗਦਰ 2 ਫਿਲਮ ਦੇਖਦੇ ਹੋਏ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਇੱਕ ਨੌਜਵਾਨ ਮਲਕੀਸ਼ ਸਿੰਘ ਉਰਫ ਵੀਰੂ ਜਿਹਦੀ ਉਮਰ 30 ਸਾਲ ਦੱਸੀ ਜਾ ਰਹੀ ਆ ਉਸ ਦਾ ਉਸ ਦੇ ਦੋਸਤਾਂ ਨੇ ਹੀ ਕਤਲ ਕਰ ਦਿੱਤਾ ਹੈ ਪੁਲਿਸ ਨੇ ਫਿਲਹਾਲ ਚਾਰ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਵਿੱਚ ਤਸਾਵਰ ਫੈਜ਼ਲ ਤਸਾਵਰ ਦੂਜੇ ਦਿਨ ਫੈਜ਼ਲ ਆ ਫਿਰ ਸ਼ੁਭਮ ਲਹਿਰੇ ਉਰਫ ਬਬਲੂ ਤੇ ਤਰਨ ਨਸ਼ਾਦ ਨੂੰ ਗ੍ਰਿਫਤਾਰ ਕੀਤਾ ਔਰ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਫਰਾਰ ਉਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਮਰਨ ਵਾਲੇ ਦੇ ਪਿਤਾ ਕੁਲਵੰਤ ਸਿੰਘ ਖੁਰਸੀਪਾਰ ਗੁਰਦੁਆਰਾ ਜਿਹੜੇ ਉੱਥੇ ਉਹਨਾਂ ਦੇ ਪ੍ਰਧਾਨ ਵੀ ਹਨ ਬਾਰਦਾਰ ਦੀ ਖਬਰ ਮਿਲਦੇ ਹੀ ਮਲਕੀਤ ਦੇ ਪਰਿਵਾਰਕ ਮੈਂਬਰਾਂ ਨੇ ਸਿੱਖ ਭਾਈਚਾਰੇ ਦੇ ਲੋਕ ਅਤੇ ਲੋਕ ਨਮਾਇंदे ਖੁਰਸੀਪੁਰ ਥਾਣੇ ਦੇ ਵਿੱਚ ਪੁੱਜੇ ਅਤੇ ਉਹਨਾਂ ਨੇ ਫਿਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਇਹਨਾਂ ਨੇ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਮਲਕੀਤ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ ਖੁਰਸੀਪਾਰ ਥਾਣੇ ਦੀ ਪੁਲਿਸ ਨੇ ਕਿਹਾ ਕਿ ਮਲਕੀਤ ਵੱਲੋਂ ਹਿੰਦੁਸਤਾਨ ਜਿੰਦਾਬਾਦ ਨਾਅਰਾ ਲਾਉਣ ਤੇ ਉੱਥੇ ਦੋਵੇਂ ਮੁਸਲਮਾਨ ਨੌਜਵਾਨ ਨੂੰ ਲਗਾ ਕੇ ਉਹ ਉਹਨਾਂ ਨੂੰ ਚੜਾਉਣ ਲਈ ਹੀ ਨਾਅਰੇ ਲਗਾ ਰਿਹਾ ਇਸ ਗੱਲ ਨੂੰ ਲੈ ਕੇ ਉਹਨਾਂ ਵਿਚਕਾਰ ਵਿਵਾਦ ਤੇ ਤਕਰਾਰ ਸ਼ੁਰੂ ਹੋ ਗਿਆ ਇਸ ਤੇ ਉਹਨਾਂ ਨੇ ਮਲਕੀਸ਼ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਉਸਦੇ ਇੱਕ ਦੋਸ ਨੇ ਉਸ ਦੀ ਗਰਦਨ ਤੇ ਚਾਕੂ ਵੀ ਰੱਖ ਦਿੱਤਾਗਾ ਤੇ ਗੋਡਿਆਂ ਤੇ ਬਿਠਾ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਦੇਰ ਰਾਤ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਰਾਏਪੁਰ ਦੇ ਰਾਮਕ੍ਰਿਸ਼ਨ ਕੇਅਰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਆ ਭਲਾਈ ਵਿੱਚ ਉਹ ਆਪਣੇ ਮਾਤਾ ਪਿਤਾ ਪਤਨੀ ਦੋ ਬੱਚਿਆਂ ਤੇ ਭਰਾ ਦੇ ਪਰਿਵਾਰ ਨਾਲ ਰਹਿੰਦਾ ਸੀ ਤੇ ਉਸ ਦੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਸੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਲੋਕ ਨੇ ਜਿਹੜੇ ਦੇਸ਼ ਦੇ ਅੰਦਰ ਨਫ਼ਰਤ ਲੈ ਕੇ ਜੀ ਰਹੇ ਨੇ ਉਹ ਕਿੰਨੇ ਖੋਖਲੇ ਨੇ ਕਿ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਇਹਨਾਂ ਯੈਰ ਫੈਲ ਚੁੱਕਾ ਕਿ ਹੁਣ ਤੁਸੀਂ ਦੇਸ਼ ਜਿੰਦਾਬਾਦ ਦੇ ਨਾਰੇ ਵੀ ਨਹੀਂ ਲਗਾ ਸਕਦੇ ਜਿਹੜੇ ਉਹਨੇ ਕਿਹਾ ਸੀ ਕਿ ਹਿੰਦੁਸਤਾਨ ਜਿੰਦਾਬਾਦ ਔਰ ਜੇ ਹਿੰਦੁਸਤਾਨ ਜਿੰਦਾਬਾਦ ਦੇ ਇੰਡੀਆ ਦੇ ਵਿੱਚ ਨਹੀਂ ਨਾਰੇ ਲੱਗਣਗੇ ਤੇ ਫਿਰ ਕਿੱਥੇ ਲੱਗਣਗੇ ਕਿਉਂਕਿ ਇਹ ਔਰ ਸਭ ਤੋਂ ਵੱਡੀ ਗੱਲ ਉਹ ਜਿਹੜੀ ਫਿਲਮ ਗਦਰ 2 ਦੇ ਵਿੱਚ ਨਾਰੇ ਨੇ ਪਹਿਲੀਆਂ ਫਿਲਮਾਂ 'ਚ ਵੀ ਲੱਗਦੇ ਰਹੇ ਨੇ ਹੁਣ ਵੀ ਲੱਗਦੇ ਰਹੇ ਨੇ ਫਿਲਮਾਂ ਦੇ ਵਿੱਚ ਵੀ ਹਕੀਕਤ ਦੇ ਵਿੱਚ ਵੀ ਲੇਕਿਨ ਅਗਰ ਜੇ ਕੁਝ ਭਾਈਚਾਰੇ ਦੇ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਚੜਾਉਣ ਦੀ ਖਾਤਰ ਕੀਤਾ ਜਾ ਰਿਹਾ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਤੁਸੀਂ ਵੀ ਇਸੇ ਦੇਸ਼ ਦੇ ਵਾਸੀ ਹੋ ਲੇਕਿਨ ਜਿਸ ਕਰਕੇ ਹੁਣ ਤੁਸੀਂ ਕਤਲ ਕੀਤਾ ਲਾਜ਼ਮੀ ਤੌਰ ਤੇ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਦੇਸ਼ ਦਾ ਕਾਨੂੰਨ ਕਹਿੰਦਾ ਹੈਗਾ ਕਿ ਜੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਨਾਰੇ ਲਾਉਣੇ ਗੁਨਾਹ ਆ ਤੇ ਫਿਰ ਇਹੋ ਜਿਹੇ ਲੋਕ ਵਾਰ-ਵਾਰ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾ ਕੇ ਗੁਨਾਹ ਕਰਨਗੇ ਫਿਰ ਫਿਲਹਾਲ ਪੁਲਿਸ ਨੇ ਜਿਹੜੇ ਜਿਹੜੇ ਦੋਸ਼ੀ ਨੇ ਉਹ ਫੜ ਲਏ ਨੇ ਇੱਕ ਕਾਬੂ ਨੇ ਤੇ ਕਾਨੂੰਨ ਮੁਤਾਬਕ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇਹ ਕਿਸੇ ਨੂੰ ਵੀ ਕੋਈ ਹੱਕ ਨਹੀਂ ਆ ਕਿ ਕਿਸੇ ਦੀ ਜਾਨ ਲਈ ਜਾਵੇ ਔਰ ਇਹ ਬਿਲਕੁਲ ਹੱਕ ਨਹੀਂ ਆ ਕਿ ਜੇ ਕੋਈ ਦੇਸ਼ ਦੇ ਜਿੰਦਾਬਾਦ ਦੇ ਨਾਰੇ ਲਾਉਂਦਾ ਤੇ ਕਿਸੇ ਨੂੰ ਕੋਈ ਤਕਲੀਫ ਹੋਵੇ ਫਿਲਹਾਲ ਇਸ ਮਦਭਾਗੀ ਖਬਰ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ